मेरी 145 दी तारा लाई सी वो मैं बड़ी खुश होके एक्सेप्ट की है। मैं प्रशासन तो कानून तो कदे बाहर नहीं जा सकती। पटियाला चल रहे किन्नरा दे डेरे दे विवाद मामले विच हुण नवा मोड़ आ गया। असल विच पटियाला प्रशासन ने सिमरन महंत दा डेरा सील कर दिता है। एक कार्रवाई कल देर शाम शुरू हुई अते कई घंटे तक चलती रही। इस दौरान पुलिस प्रशासन वल्लों डेरे नूं पूरी तरह सील कर दिता गया अते किसी नूं भी डेरे अंदर जाण तों वर्ज दिता गया है। यह कार्रवाई पुलिस प्रशासन वल्लों धारा 145 तहत की गई है। ਇਹ ਜਿਹੜੇ ਮੇਰੇ ਗੁਰੂ ਜੀ ਨੇ ਇਹ ਵਾਲੇ ਔਰ ਅੱਗੇ ਉਹ ਮੇਰੇ ਗੁਰੂ ਭਾਈ ਸੀ ਗੀਤਾ ਮਹਾਨ ਤੋਂ ਉਹਨਾਂ ਦੀ ਕਵਰ ਹੈ। ਜਿਹੜੀ 145 ਦੀ ਧਾਰਾ ਲਾਈ ਸੀ ਉਹ ਮੈਂ ਬੜੀ ਖੁਸ਼ ਹੋ ਕੇ ਐਕਸੈਪਟ ਕੀਤੀ ਹੈ। ਮੈਂ ਪ੍ਰਸ਼ਾਸਨ ਤੋਂ ਕਾਨੂੰਨ ਤੋਂ ਕਦੇ ਬਾਹਰ ਨਹੀਂ ਜਾ ਸਕਦੀ। ਮੈਂ ਆਪਣੇ ਮਾਂ ਤੋਂ ਮੇਰੇ ਮੈਂ ਠੀਕ ਆ ਮੈਂ ਥੋੜਾ ਪਿੱਛੇ ਚਲਾ ਲਓ ਜੀ ਨੀਚੋਂ ਕੋਨਾ ਫਿਰ ਕੋਨਾ ਜਮਾ ਦੇਖੀ ਇਸਦੀ ਫੋਮ ਨਾ ਇਹ ਤੱਕ ਤਾਂ ਠੀਕ ਚੱਲ ਰਿਹਾ। इस मौके सिमरन महंत ने कहा है कि वह प्रशासन की कार्रवाई नाल सहमत ने। उन्होंने कहा है कि मैं अपील कर दी हाँ कि जो भी सचे कानून उस नूं जग जाहिर करे ता जो इस डेरे दे मालक नूं ए डेरा वापस मिल सके। ਸਿਮਰਨ ਜੀ ਜਿਸ ਤਰ੍ਹਾਂ ਕਿ ਕਾਫੀ ਦਿਨਾਂ ਤੋਂ ਰੌਲਾ ਚੱਲ ਰਿਹਾ ਹੈ ਡੇਰੇ ਨੂੰ ਲੈ ਕੇ, ਅੱਜ ਜਿਸ ਤਰ੍ਹਾਂ ਕਿ ਖਾਲੀ ਕਰਾਇਆ ਜਾ ਰਿਹਾ ਸੀ ਹੁਣ ਆਇਆ ਤੁਹਾਡੇ ਕੋਲ ਆਰਡਰ। ਸਾਰੇ ਨਗਰ ਵਾਸੀ ਵੀ ਸਾਰੇ ਇੱਥੇ ਖੜੇ ਸੁਣ ਰਹੇ ਨੇ, ਸਾਰੇ ਦੇਖ ਰਹੇ ਨੇ, ਵਿਚਾਰੇ ਉਹ ਪਰੇਸ਼ਾਨ ਵੀ ਹੋ ਰਹੇ ਨੇ ਵੀ ਇਹ ਕੀ ਗੱਲ ਬਾਤ ਹੈ। ਲੇਕਿਨ ਜਿਹੜੇ ਹੀ ਮੇਰੇ ਤੇ ਇਹ ਜਿਹੜੀ 145 ਦੀ ਜਿਹੜੀ ਕਾਰਵਾਈ ਹੈ ਇਹ ਜਿਵੇਂ ਮੌਕੇ ਦੇ ਉੱਤੇ ਮੇਰੇ ਪਟਿਆਲਾ ਪ੍ਰਸ਼ਾਸਨ ਨੇ ਇਹ ਜੋ ਉਹਨਾਂ ਨੇ ਲਗਾਉਣੀ ਸਹੀ ਸਮਝੀ ਤਾਂ ਮੈਂ ਉਹਨਾਂ ਦੀ ਹਦਾਇਤ ਤੋਂ ਬਾਹਰ ਨਾ ਜਾਂਦੀ ਹੋਈ ਇਹਨਾਂ ਦੀ ਇਸ ਧਾਰਾ ਨੂੰ ਮੈਂ ਐਕਸੈਪਟ ਕਰਦੀ। ਚਲੋ ਜੀ, ਜਿਸ ਤਰ੍ਹਾਂ ਕਿ ਕਾਫੀ ਦਿਨਾਂ ਤੋਂ ਰੌਲਾ ਪਾਇਆ ਜਾ ਰਿਹਾ ਸੀ ਕਿ ਜਿਹੜੇ ਵੀ ਹੈਗਾ ਤੁਹਾਡੇ ਵੱਲੋਂ ਘਰ ਘਰ ਜਾ ਕੇ ਜਿਵੇਂ ਕਿ ਲੋਕਾਂ ਦੇ ਵਿੱਚ ਕਿਸੇ ਬੱਚਾ ਹੁੰਦਾ ਸੀ ਜਿਸ ਤਰ੍ਹਾਂ ਕਿ ਉਹ ਕੌਣ ਹੁਣ ਕੌਣ ਦੇਖੇਗਾ ਸਾਰਾ ਕੁਛ। ਉਹ ਸਾਰਾ ਕੁਛ ਮੈਂ ਆਪਣੇ ਨਗਰ ਵਾਸੀਆਂ ਨੂੰ ਸਾਰਿਆਂ ਨੂੰ ਪਟਿਆਲਾ ਵਾਸੀਆਂ ਨੂੰ ਇਹੀ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਜਿਹੜੀ ਇਹ ਸਾਡੀ 145 ਦੀ ਕਾਰਵਾਈ ਅੱਜ ਇੱਥੇ ਡੇਰਾ ਮੇਰਾ ਇਹ ਅਸੀਂ ਮੈਂ ਸੀਲ ਕਰਵਾ ਰਹੀ ਹਾਂ। ਸੋ ਇਹ ਜਿਹੜਾ ਹੈ ਇਹਦੀ ਨਾ ਪਲੀਜ਼ ਜਿਹੜੇ ਪਟਿਆਲਾ ਵਾਸੀ ਨੇ ਉਹਨੂੰ ਮੈਂ ਉਹਨਾਂ ਨੂੰ ਅਪੀਲ ਕਰ ਰਹੀ ਹਾਂ ਹੱਥ ਜੋੜ ਕੇ ਵੀ ਇੱਥੇ ਇਹਨਾਂ ਨੂੰ ਕਿਸੇ ਨੂੰ ਵਧਾਈ ਨਾ ਦਿੱਤੀ ਜਾਵੇ, ਮੇਰੀ ਟੀਮ ਜਾਵੇ ਉਹਨਾਂ ਨੂੰ ਵੀ ਨਾ ਦਿੱਤੀ ਜਾਵੇ, ਅਗਰ ਪੂਨਮ ਦੀ ਜਾਂ ਕਿਸੇ ਹੋਰ ਦੀ ਟੀਮ ਆਵੇ ਉਹਨਾਂ ਵੀ ਨਾ ਦਿੱਤੀ ਜਾਵੇ ਕਿਉਂਕਿ ਸਾਡਾ ਬਹੁਤ ਵੱਡਾ ਇਹ ਡਿਸਪਿਊਟ ਚੱਲ ਰਿਹਾ ਜਿਹੜਾ ਲੋਕਾਂ ਨੂੰ ਨਹੀਂ ਪਤਾ। ਫਿਰ ਲੋਕ ਪਰੇਸ਼ਾਨ ਹੁੰਦੇ ਨੇ ਕਿ ਹਮਨੇ ਉਨਕੋ ਦੇ ਦਿਆ, ਆਪਕੋ ਦੇ ਦਿਆ, ਫਿਰ ਉਹ ਮੈਨੂੰ ਦੋਸ਼ ਨਾ ਦੇਣ। ਮੈਨੂੰ ਠੀਕ ਹੈ, ਮੈਨੂੰ ਮਨਜ਼ੂਰ ਹੈ ਜੋ ਉਹਨਾਂ ਨੇ ਆਪਣੀ ਕਾਰਵਾਈ ਮੌਕੇ ਦੀ ਕੀਤੀ ਹੈ। ਮੈਂ ਕਾਨੂੰਨ ਦੀ ਜਿਹੜੀ ਹਦਾਇਤ ਹੈ ਇਹਦੇ ਬਾਹਰ ਨਹੀਂ ਜਾ ਸਕਦੀ, ਉਹਨੂੰ ਮੈਂ ਐਕਸੈਪਟ ਕਰਦੀ ਹਾਂ।
दूजे पासे डेरे नूं सील करना है। प्रशासनिक अधिकारियों ने कहा है कि उन्होंने प्रशासन वालों हुक्म होया सी कि इस डेरे नूं धारा 145 अधीन सील किया जाए, जिस कारण उन्होंने यह डेरा सील कर दिया गया। उन्होंने कहा है कि हुण मामले की असल जांच पड़ताल की जाएगी, जिस दे नाम ते डेरा होगा उसनूं ही यह डेरा सौंपया जाएगा। मानयोग उप मंडल मजिस्ट्रेट पटियाला जी वालों इस डेरे का मैनू रिसीवर अपॉइंट किया गया। उन्होंने हुक्मों की पालना में मैं इस डेरे का कब्जा ले रहा। 145 पिछले दिन दोवां धड़ियां विचाले खूनी झड़प भी हुई। पूनम महंत ने पटियाला दे बस स्टैंड चौक विच वड्डा धरना ला के चक्का जाम भी किया, जिस तों बाद हुण प्रशासन नूं मजबूरन इस डेरे नूं सील करना पिया। पटियाला तों अमरजीत सिंह, पंजाबी लोक चैनल।